ਇਹ ਉਹ ਜਗ੍ਹਾ ਜਿੱਥੇ ਕੱਲ ਇਹਤਜਾਜ ਹੋਇਆ ਸੀ ਔਰ ਦੁਨੀਆਂ ਦੇ ਵਿੱਚ ਇੱਕ ਤੱਕ ਫੈਲ ਗਈ ਹੈ ਕਿ ਨਨਕਾਣਾ ਸਾਹਿਬ ਦੇ ਗੇਟ ਦੇ ਉੱਤੇ ਹਮਲਾ ਹੋਇਆ, ਬਿਲਕੁਲ ਹੋਇਆ ਸੀ, ਕਿਉਂਕਿ ਉਹ ਫਰਦ ਵਾਹਦ ਸੀ ਜਿਹਨੇ ਕੁਛ ਬੱਚਿਆਂ ਨੂੰ ਜਮ੍ਹਾਂ ਕੀਤਾ ਔਰ ਉਹਨਾਂ ਇੱਥੇ ਆ ਕੇ ਇਹਤਜਾਜ ਕੀਤਾ। ਸੋ ਪੂਰਾ ਅੱਜ ਇਸਲਾਮ ਜਿਹੜੇ ਪਾਕਿਸਤਾਨ ਦੇ ਮੁਸ਼ਾਇਖ ਕੌਂਸਲਾਂ ਦਾ ਨਿਚੋੜ ਸਾਰਾ ਇੱਥੇ ਮੌਜੂਦ ਹੈ। ਹਜ਼ਰਤ ਮੀਆਂ ਮੀਰ ਸਾਹਿਬ ਦੇ ਗੱਦੀ ਨਸ਼ੀਨ ਇੱਥੇ ਮੌਜੂਦ ਨੇ ਜਿਹਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਔਰ ਉਹਨਾਂ ਇੱਥੇ ਅੱਜ ਡਿਕਲੇਅਰ ਕਰ ਦਿੱਤਾ ਕਿ ਇਸਲਾਮ ਦੇ ਵਿੱਚ ਉਹ ਬੰਦਾ ਹੈ ਹੀ ਨਹੀਂ ਜਿਹੜਾ ਕਿਸੇ ਦੂਸਰੇ ਦੇ ਮਜ਼ਹਬੀ ਇਬਾਦਤ ਗਾਹ ਦੇ ਉੱਤੇ ਉਹਦੀ ਬੇਹੁਰਮਤੀ ਕਰੇ। ਸੋ ਇਹ ਸਾਰੇ ਲੋਕ ਇਹ ਫੁੱਲ ਲੈ ਕੇ ਆਏ ਨੇ ਉਸ ਜਗ੍ਹਾ ਦੇ ਉੱਤੇ ਜਿੱਥੇ ਕੱਲ੍ਹ ਇਹਤਜਾਜ ਹੋਇਆ ਸੀ ਔਰ ਇਹ ਸਾਰੇ ਸਾਡੇ ਉਲਮਾ ਕਰਾਮ ਇਸ ਗੇਟ ਦੇ ਉੱਤੇ ਫੁੱਲ ਪਾਉਣਗੇ ਔਰ ਗੁਰੂ ਨਾਨਕ ਸਾਹਿਬ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨਗੇ ਔਰ ਉਹਦੇ ਨਾਲ ਹੀ ਸਾਡੇ ਨਾਲ ਸਿੱਧੂ ਸਾਹਿਬ ਵੀ ਆਏ ਨੇ, ਸਿੱਧੂ ਸਾਹਿਬ ਵੀ ਆਪਣਾ ਪੈਗਾਮ ਦੇਣਗੇ ਔਰ ਉਲਮਾ ਕਰਾਮ ਜਿਹੜੇ ਨੇ ਉਸ ਗੇਟ ਦੇ ਉੱਤੇ ਫੁੱਲ ਪਾਉਣਗੇ। ਜੀ ਮੈਂ ਇਹ ਪੈਗਾਮ ਦੇਣਾ ਚਾਹੁੰਦਾ ਜੀ ਕਿ ਜਿਹੜਾ ਕਿਸੇ ਇੱਕ ਬੰਦੇ ਨੇ ਕੋਈ ਹਰਕਤ ਇਹੋ ਜਿਹੀ ਮਾੜੀ ਕੀਤੀ ਹੈ ਉਹ ਅਸੀਂ ਉਹਨੂੰ ਕਿਸੇ ਸੂਰਤ ਵੀ ਪਸੰਦ ਨਹੀਂ ਕਰਦੇ, ਨਾ ਉਹ ਸੋਚ ਸਾਡੀ ਸੋਚ ਹੈ। ਸਾਡੀ ਸੋਚ ਹੈ, ਉਲਮਾ ਕਰਾਮ ਵੀ ਖੜੇ ਨੇ, ਸਾਰੇ ਮੁਸਲਮਾਨ ਭਰਾ ਵੀ ਖੜੇ ਨੇ, ਸਾਰੇ ਸਿੱਖ ਭਰਾ ਵੀ ਖੜੇ ਨੇ। ਸਾਡੀ ਸੋਚ ਇਹ ਹੈ ਕਿ ਅਸੀਂ ਹੱਥਾਂ ਵਿੱਚ ਫੁੱਲ ਚੁੱਕ ਕੇ ਇਹਨਾਂ ਫੁੱਲਾਂ ਦੀ ਤਰ੍ਹਾਂ ਅਸੀਂ ਸਰਦਾਰਾਂ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹਾਂ ਆਪਣੀ ਮੁਹੱਬਤ ਔਰ ਦੋਸਤੀ ਦੇ ਨਾਲ। ਉਹ ਦਰਵਾਜ਼ਾ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਕਿਹਾ ਸੀ ਕਿ ਇੱਥੋਂ ਦੀ ਆਓ ਅਤੇ ਰੱਬ ਦੀ ਇਬਾਦਤ ਕਰੋ, ਕਿ ਅੰਦਰ ਰੱਬ ਦੀ ਇਬਾਦਤ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਦਰਵਾਜ਼ਾ ਲੋਕਾਂ ਨੂੰ ਦੱਸਿਆ, ਕੋਈ ਵੀ ਹੋਵੇ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।